ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਦਾ ਐਲਾਨ ਹੋ ਚੁੱਕਾ, 30 ਦਸੰਬਰ ਨੂੰ ਜਿਹੜੀਆਂ ਵੋਟਾਂ ਹੈਗੀਆਂ ਉਹ ਪੈਣੀਆਂ ਨੇ, ਲੇਕਿਨ ਪੰਜਾਬ ਦੇ ਹੀ ਪਿੰਡਾਂ ਦੇ ਵਿੱਚ ਇਹਨਾਂ ਵੋਟਾਂ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ, ਲੋਕਾਂ ਨੇ ਆਪਣਾ ਵਿਰੋਧ ਦਰਜ ਹੈ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ। ਅੱਜ ਅਸੀਂ ਪਟਿਆਲਾ ਦੇ ਪਿੰਡਾਂ ਦੇ ਵਿੱਚ ਹਾਂ, ਇੱਥੋਂ ਦੇ ਪਿੰਡਾਂ ਦੇ ਲੋਕ ਹੈਗੇ ਜਿਹੜੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਆਖਿਰ ਕਿਉਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਭਾਅ ਜੀ ਕੀ ਨਾਂ ਤੁਹਾਡਾ? ਅਵਤਾਰ ਸਿੰਘ ਜੀ। ਅਵਤਾਰ ਜੀ, ਕੀ ਤੁਹਾਨੂੰ ਲੱਗਦਾ ਕਿਉਂ ਤੁਸੀਂ ਇਹ ਜਿਹੜੀਆਂ ਚੋਣਾਂ ਹੈਗੀਆਂ ਨੇ ਇਹਨਾਂ ਦਾ ਵਿਰੋਧ ਕਰ ਰਹੇ ਹੋ, ਕੀ ਇਹ ਸਮਾਂ ਸਹੀ ਨਹੀਂ ਹੈ? ਨਹੀਂ ਜੀ, ਬਿਲਕੁਲ ਨਹੀਂ ਹੈ, ਸਮਾਂ ਹੈ ਸਹੀ। ਪੋਹ ਦਾ ਮਹੀਨਾ ਸਾਰੇ ਜਾਣਦੇ ਹੋ, ਪੋਹ ਦੇ ਮਹੀਨੇ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ। ਅਸੀਂ ਇਸ ਮਹੀਨੇ ਨੂੰ ਸ਼ੋਕ ਵਜੋਂ ਮਨਾਉਂਦੇ ਹਾਂ, ਪਰ ਇਹਨਾਂ ਨੇ ਇਲੈਕਸ਼ਨ ਰੱਖ ਕੇ ਉਸ ਸਮੇਂ ਦਾਰੂਆਂ ਵੰਡਣਗੇ, ਘਰ ਘਰ ਦਾਰੂ ਪਹੁੰਚਾਉਣਗੇ। ਇਹਦਾ ਮਤਲਬ ਸੋਗ ਤਾਂ ਰਹਿਣਾ ਨਹੀਂ ਕੋਈ, ਉਹ ਤਾਂ ਖੁੱਲ੍ਹੇਆਮ ਸ਼ਰਾਬ ਵਰਤੂ ਉਹ ਤੋਂ। ਕੀ ਤੁਹਾਨੂੰ ਲੱਗਦਾ ਤੁਸੀਂ ਇਸ ਜਿਹੜੀ ਵੋਟਿੰਗ ਹੋਣੀ ਹੈਗੀ ਆ ਇਸ ਦੇ ਵਿੱਚ ਸ਼ਮੂਲੀਅਤ ਕਰੋਗੇ ਜਾਂ ਫਿਰ ਆਪਣਾ ਵਿਰੋਧ ਕਿਸ ਤਰ੍ਹਾਂ ਦਰਜ ਕਰੋਗੇ? ਨਹੀਂ ਜੀ, ਮੈਂ ਸ਼ਮੂਲੀਅਤ ਨਹੀਂ ਕਰੂੰਗਾ ਇਸ ਵਿੱਚ। ਕੀ ਵੈਸੇ ਤੁਸੀਂ ਕੀ ਮੰਗ ਕੀ ਹੈ ਤੁਹਾਡੀ, ਕੀ ਚਾਹੁੰਦੇ ਤੁਸੀਂ? ਮੈਂ ਇਹੀ ਚਾਹੁੰਦਾ ਵੀ ਮਤਲਬ ਇਸ ਮਹੀਨੇ ਨੂੰ ਤਾਂ ਬੰਦ ਕਰ ਦਿੰਦੇ, ਇਹ ਸ਼ਹੀਦੀ ਦਿਹਾੜਾ ਦੇਖ ਕੇ ਇਹ ਮਹੀਨਾ ਤਾਂ ਬੰਦ ਕਰ ਸਕਦੇ ਸੀ। ਸੋ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ। ਬਾਬਾ ਜੀ ਕੀ ਨਾਂ ਹੈ ਜੀ ਤੁਹਾਡਾ? ਗੁਰਮੇਲ ਸਿੰਘ ਜੀ। ਗੁਰਮੇਲ ਸਿੰਘ ਜੀ, ਜਿਹੜਾ ਪੰਚਾਇਤੀ ਇਲੈਕਸ਼ਨ ਆ ਉਹਦਾ ਐਲਾਨ ਹੋ ਚੁੱਕਾ, ਵਿਰੋਧ ਕਰ ਰਹੇ ਹੋ ਤੁਸੀਂ, ਕਿਉਂ ਵਿਰੋਧ ਦਰਜ ਕੀਤਾ ਜਾ ਰਿਹਾ? ਵਿਰੋਧ ਤਾਂ ਫਿਰ ਜੋ ਸਾਰਿਆਂ ਨੂੰ ਹੀ ਪਤਾ ਨਾ, ਹੁਣ ਜੋ ਸੋਕਾ ਮਹੀਨਾ, ਕਈ ਬੰਦੇ ਦਾ ਇਸ ਮਹੀਨੇ ਮਾਂ ਮੰਜੇ ਵੀ ਨਹੀਂ ਸੌਂਦੇ ਹੈਗੇ। ਇਸ ਮਹੀਨੇ ਵਿੱਚ ਕਈ ਇਨਸਾਨ ਇਹੋ ਜਿਹੇ ਆ ਜਿਹਨਾਂ ਨੂੰ ਸਕਾਲ ਦਾ ਸੋਗ ਆ, ਉਹ ਮੰਜੇ ਵੀ ਨਹੀਂ ਸੌਂਦੇ ਹੈਗੇ। ਇਹ ਆਪਣਾ ਜੀ ਹੁਣ ਤੈਨੂੰ ਪਤਾ ਵੀ ਵਿਆਹ ਵਾਲਾ ਦੌਰ ਚੱਲੇ ਕਰਾਂਗਾ ਤਾਂ। ਫਿਰ ਤੁਸੀਂ ਵਿਰੋਧ ਕਰ ਰਹੇ ਹੋ, ਤੁਸੀਂ ਵੋਟਾਂ ਦੇ ਵਿੱਚ ਆਪਣਾ ਹਿੱਸਾ ਲਓਗੇ ਜਾਂ ਫਿਰ ਇਹਦਾ ਵਿਰੋਧ ਕਰੋਗੇ? ਕੋਈ ਲੋੜ ਨਹੀਂ ਲੈਣਗੀ, ਲੈਂਦੇ ਹੀ ਨਹੀਂ ਹਿੱਸਾ, ਨਾ ਪਾਉਂਦੇ ਨਾ ਕਿਸੇ ਨੂੰ ਕਹਿੰਦੇ। ਸੋ ਚੋਣਾਂ ਦਾ ਵਿਰੋਧ ਹੋ ਰਿਹਾ ਪਟਿਆਲਾ ਦੇ ਪਿੰਡ ਦੇ ਵਿੱਚ, ਅੱਜ ਖੇੜਾ ਜੱਟਾਂ ਦੇ ਵਿੱਚ ਅਸੀਂ ਖੜ੍ਹੇ ਹੋਏ ਹੈਗੇ ਹਾਂ, ਇੱਥੇ ਹੋਰ ਵੀ ਪਿੰਡ ਵਾਸੀ ਮੌਜੂਦ ਨੇ, ਉਹਨਾਂ ਵੀ ਗੱਲ ਕਰਦੇ ਹਾਂ ਕਿ ਆਖਿਰ ਕਿਉਂ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਕੁਛ ਤਾਂ ਗੱਲ ਸਾਹਮਣੇ ਆ ਰਹੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਪੋਹ ਦੇ ਮਹੀਨੇ ਦੇ ਵਿੱਚ ਹੁੰਦਾ, ਪੰਜਾਬ ਦੇ ਵਿੱਚ ਸੋਗ ਮਨਾਇਆ ਜਾਂਦਾ, ਤਾਂ ਕਿਤੇ ਨਾ ਕਿਤੇ ਇਲੈਕਸ਼ਨ ਗਲਤ ਹੈਗੀ ਆ। ਪਿੰਡ ਵਾਸੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਭਾਅ ਜੀ ਕੀ ਨਾਂ? ਰਮੇਸ਼ ਜੀ। ਹਰਮੇਸ਼ ਜੀ, ਵਿਰੋਧ ਕਰ ਰਹੇ ਹੋ ਤੁਸੀਂ ਪੰਚਾਇਤੀ ਇਲੈਕਸ਼ਨ ਦਾ, ਕੀ ਲੱਗਦਾ ਤੁਹਾਨੂੰ ਕਿ ਜਿਹੜਾ ਇਹ ਸਮਾਂ ਹੈਗਾ ਸਹੀ ਸੀਗਾ ਜਾਂ ਫਿਰ ਸਰਕਾਰ ਦਾ ਗਲਤ ਫੈਸਲਾ? ਇਹ ਸਰਕਾਰ ਦਾ ਬਿਲਕੁਲ ਗਲਤ ਫੈਸਲਾ ਜੀ ਇਹ, ਕਿਉਂਕਿ ਇਹ ਸ਼ਹੀਦਾਂ ਦਾ ਜਿਹੜਾ ਹੈਗਾ ਇਹ ਹਫ਼ਤਾ ਹੈਗਾ ਹੈ, ਤਾਂ ਬਿਲਕੁਲ ਗਲਤ ਹੈ ਸਰਕਾਰ ਨੇ ਕਰਿਆ। ਜਿਹੜੀ ਇਲੈਕਸ਼ਨ ਕਰੀ ਹੈਗੀ ਇਹ ਪਿੰਡਾਂ ਦੇ ਵਿੱਚ, ਬਹੁਤ ਹੀ ਜ਼ਿਆਦਾ ਗਲਤ ਹੈਗੀ ਇਹ। ਅਸੀਂ ਬਿਲਕੁਲ ਹੀ ਇਹਦਾ ਵਿਰੋਧ ਕਰਦੇ ਹਾਂ, ਬਿਲਕੁਲ ਹੀ ਨਹੀਂ, ਅਸੀਂ ਵੋਟ ਪਾਉਣ ਵੀ ਨਹੀਂ ਜਾਵਾਂਗੇ ਜੀ। ਕਿਉਂ ਤੁਸੀਂ ਆਪਣਾ ਵਿਰੋਧ ਦਰਜ ਕਰ ਰਹੇ ਹੋ ਇਲੈਕਸ਼ਨ ਦੇ ਖਿਲਾਫ਼? ਇਲੈਕਸ਼ਨ ਦੀ ਖਰਾਬ ਇਸੇ ਕਰਕੇ ਹੈ ਕਿਉਂਕਿ ਇਹ ਸ਼ਹੀਦਾਂ ਦਾ ਹੋਇਆ ਜੀ, ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦਾ ਇਹ ਸ਼ਹੀਦੀ ਦਿਵਸ ਹੈ, ਇਸ ਕਰਕੇ ਇਹਦਾ ਵਿਰੋਧ ਕਰ ਰਹੇ ਹਾਂ ਜੀ। ਜੀ, ਕੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਨੂੰ ਪਤਾ ਹੈਗਾ ਕਿ ਇਹ ਜਿਹੜੇ ਇਲੈਕਸ਼ਨ ਹੈਗੇ ਇਹਨਾਂ ਦੇ ਵਿੱਚ ਸ਼ਰਾਬਾਂ ਦੇ ਦੌਰ ਚੱਲਦੇ ਨੇ ਜਾਂ ਫਿਰ ਨਸ਼ਾ ਵੰਡਿਆ ਜਾਂਦਾ, ਤਾਂ ਕਿਤੇ ਨਾ ਕਿਤੇ ਇਹ ਕੁਛ ਦੁਬਾਰਾ ਵੀ ਹੋਏਗਾ, ਇਸ ਮਹੀਨੇ ਦੇ ਵਿੱਚ ਇਹ ਸ਼ੋਭਾ ਦਿੰਦਾ ਹੈਗਾ? ਬਿਲਕੁਲ ਗਲਤ ਹੈ ਜੀ, ਇਹੀ ਕੁਛ ਹੋਊਗਾ ਜੋ ਵੀ ਸ਼ਰਾਬਾਂ ਵੰਡੀਆਂ ਜਾਣਗੀਆਂ ਪਿੰਡਾਂ ਦੇ ਵਿੱਚ, ਇਹੀ ਤਾਂ ਇਹ ਬਿਲਕੁਲ ਗਲਤ ਹੈ। ਕੀ ਮੰਗ ਕਰਦੇ ਹੋ, ਕੀ ਮੰਗ ਹੈਗੀ ਤੁਹਾਡੀ ਇਹ ਇਲੈਕਸ਼ਨ ਨੂੰ ਲੈ ਕੇ? ਮੰਗ ਕਰਦੇ ਹਾਂ ਵੀ ਅਸੀਂ ਇਹਨੂੰ ਥੋੜ੍ਹਾ ਜਿਹਾ ਅੱਗੇ ਦੀ ਅੱਗੇ ਡੇਟ ਵਧਾ ਦਿੱਤੀ ਜਾਵੇ, ਅਗਲਾ ਮਹੀਨਾ ਕਰ ਦਿੱਤਾ ਜਾਵੇ, ਜਨਵਰੀ 'ਚ ਕਰ ਦੇਣ ਤਾਂ ਬਹੁਤ ਵਧੀਆ ਹੈ। ਸੋ ਸਰਕਾਰ ਹੈਗੀ ਹੈ ਜਿਹੜੀ, ਉਹਦੀ ਇਸ ਜਿਹੜੀ ਤਰੀਕ ਐਲਾਨੀ ਗਈ ਆ ਉਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਸਾਡੇ ਨਾਲ ਹੋਰ ਵੀ ਪਿੰਡ ਵਾਸੀ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਭਾਅ ਜੀ ਕੀ ਨਾਂ ਤੁਹਾਡਾ? ਮਨਵਿੰਦਰ ਸਿੰਘ ਜੀ। ਮਨਵਿੰਦਰ ਜੀ, ਪੰਚਾਇਤੀ ਇਲੈਕਸ਼ਨ ਦਾ ਹਰ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ, ਕੀ ਕਾਰਨ ਹੈਗਾ? ਇਹਦਾ ਵਿਰੋਧ ਤਾਂ ਹੀ ਹੋ ਰਿਹਾ ਜੀ, ਇਹ ਸ਼ਹੀਦੀ ਉਹ ਆਪਣਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜੀ। ਇਸ ਟਾਈਮ ਜੇ ਵੋਟਾਂ ਪੈਣਗੀਆਂ ਨਸ਼ੇ ਵੰਡੇ ਜਾਣਗੇ, ਜੋ ਕਿ ਚੰਗੀ ਗੱਲ ਨਹੀਂ ਹੈਗੀ। ਪੰਜਾਬ ਸਰਕਾਰ ਨੂੰ ਤਾਂ ਆਪ ਕੈਪਟਨ ਅਮਰਿੰਦਰ ਸਿੰਘ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਤਾਂ ਇਹ ਸ਼ੋਭਾ ਹੀ ਨਹੀਂ ਦਿੰਦਾ ਵੀ ਉਹ ਇਹ ਮਹੀਨੇ 'ਚ ਵੋਟਾਂ ਕਰਵਾਉਣ। ਇਹ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ 1 ਜਨਵਰੀ ਤੋਂ ਬਾਅਦ ਜਦ ਮਰਜ਼ੀ ਕਰਵਾਈਆਂ ਜਾਣ। ਜਿਸ ਤਰ੍ਹਾਂ ਹੁਣ ਵੋਟਿੰਗ ਹੋਣੀ ਆ, ਤੁਸੀਂ ਵੋਟਿੰਗ ਦਾ ਹਿੱਸਾ ਬਣੋਗੇ ਜਾਂ ਫਿਰ ਨਹੀਂ? ਨਾ ਜੀ, ਅਸੀਂ ਵੋਟਿੰਗ ਦਾ ਹਿੱਸਾ ਨਹੀਂ ਬਣਦੇ। ਸੋ ਪਿੰਡਾਂ ਦੇ ਵਿੱਚ ਜਿਹੜਾ ਵਿਰੋਧ ਹੈਗਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ, ਉਹ ਜਿਹੜਾ ਦਰਜ ਹੋਣਾ ਸ਼ੁਰੂ ਹੋ ਗਿਆ, ਜਿਹੜੇ ਪਿੰਡ ਵਾਸੀ ਨੇ ਉਹਨਾਂ ਦਾ ਕਹਿਣਾ ਕਿ ਉਹ ਇਸ ਇਲੈਕਸ਼ਨ ਦਾ, ਇਸ ਚੋਣਾਂ ਦਾ ਹਿੱਸਾ ਨਹੀਂ ਬਣਨਗੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਹੈਗਾ ਇਹਨੂੰ ਸੋਗ ਦੇ ਮਹੀਨੇ ਦੇ ਤੌਰ 'ਤੇ ਮਨਾਇਆ ਜਾਂਦਾ, ਇਸ ਮਹੀਨੇ ਦੇ ਵਿੱਚ ਕੋਈ ਖੁਸ਼ੀ ਕੋਈ ਜਸ਼ਨ ਵੀ ਨਹੀਂ ਮਨਾਇਆ ਜਾਂਦਾ, ਤਾਂ ਸਰਕਾਰ ਵੱਲੋਂ ਜਿਹੜੀਆਂ ਵੋਟਾਂ ਰੱਖੀਆਂ ਗਈਆਂ ਨੇ, ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਇਸ ਦੇ ਵਿੱਚ ਜਿਹੜੇ ਸ਼ਰਾਬਾਂ ਦੇ ਦੌਰ ਚੱਲਣਗੇ, ਜਿਸ ਕਰਕੇ ਉਹ ਇਸ ਦਾ ਵਿਰੋਧ ਦਰਜ ਕਰਦੇ ਨੇ ਔਰ ਜਿਹੜੀਆਂ ਵੋਟਾਂ ਹੈਗੀਆਂ ਉਸ ਦਾ ਵੀ ਬਾਈਕਾਟ ਕਰਨਗੇ।